ਪਰੰਸ ਸਾਰੀਓਗ ਸਾਸੰਗੇ ਜੀ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਈਏ ਤੇ ਆਖੀਏ ਤਾਂਸੀਰੀ ਸਤਗੁਰੂ ਜਗਜੀਤ ਸਿੰਘ ਜੀ ਸਾ ਮੇਰੇ ਮਾਲਕ ਦਾ ਨਾਮ ਲਈਏ ਤੇ ਆਖੀਏ ਤਾਂਸੀਰੀ ਸਤਗੁਰੂ ਉਦੇਸ ਸਿੰਘ ਜੀ ਸਾਸੰਗੇ ਜੀ ਅੱਜ ਦੀ ਸਾਖੀ ਦਾ ਟਾਈਟਲ ਹੈ ਤੂੰ ਸਬਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ ਸਤਗੁਰੂ ਅਕਾਲ ਪੁਰਖ ਹਰ ਕਣ ਕਣ ਵਿੱਚ ਮੌਜੂਦ ਹੈ ਉਹ ਸਾਡੀ ਸ਼ਹਾ ਰਾਗ ਤੋਂ ਵੀ ਨੇੜੇ ਹੈ ਸਾਗੂ ਜਗਜੀਤ ਸਿੰਘ ਜੀ ਅਕਾਲ ਪੁਰਖ ਦਾ ਹੀ ਸਰਗੁਣ ਸਰੂਪ ਹਨ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਸਿੱਖ ਨੂੰ ਜਵਰਦਸਤ ਜਾਣ ਲੇਵਾ ਹਾਦਸੇ ਤੋਂ ਹੱਥ ਦੇ ਕੇ ਰੱਖ ਲਿਆ ਪਟਿਆਲੇ ਰਹਿਣ ਵਾਲੇ ਬੀਬੀ ਪ੍ਰੀਤਮ ਕੌਰ ਜੀ ਇਸ ਤਰ੍ਹਾਂ ਦੱਸਦੇ ਹਨ ਇਹ ਲਗਭਗ ਸਨ 2001-2002 ਦੀ ਹੈ ਸਾਡਾ ਘਰ ਪਟਿਆਲੇ ਫੁਹਾਰੇ ਚੌਕ ਤੋਂ 3-4 ਕਿਲੋਮੀਟਰ ਦੂਰ ਸੰਗਰੂਰ ਰੋਡ ਤੇ ਹੈ ਮੇਰਾ ਛੋਟਾ ਬੇਟਾ ਹਰਪਜਨ ਸਿੰਘ ਰੋਡ ਸਵੇਰੇ ਜੀਟੀ ਰੋਡ ਤੋਂ ਸ਼ਹਿਰਵਾਲ ਟਿਊਸ਼ਨ ਪੜਨ ਜਾਂਦਾ ਸੀ ਰੋਜ਼ ਦੀ ਤਰ੍ਹਾਂ ਉਸ ਦਿਨ ਵੀ 7 ਵਜੇ ਹਰਪਜਨ ਟਿਊਸ਼ਨ ਲਈ ਘਰੋਂ ਨਿਕਲਿਆ ਮੈਂ ਇਸ਼ਨਾਨ ਕਰਕੇ ਆਪਣੇ ਬੈੱਡਰੂਮ ਵਿੱਚ ਹੀ ਕੰਬਲ ਬਲੇਟ ਕੇ ਬੈੱਡ ਤੇ ਬੈਠ ਕੇ ਨਿਤਰੇਮ ਕਰਨ ਲੱਗ ਪਈ ਨੀਤਨੇਮ ਕਰਦੇ ਕਰਦੇ ਅਚਾਨਕ ਹੀ ਮੇਰੀ ਅੱਖ ਲੱਗ ਗਈ ਮੈਨੂੰ ਦ੍ਰਿਸ਼ਟਾਂਤ ਵਿੱਚ ਸਾਗੂ ਜਗਜੀਤ ਸਿੰਘ ਜੀ ਦੇ ਦਰਸ਼ਨ ਹੋਏ ਉਹ ਦਰਸ਼ਨ ਬੜੇ ਹੀ ਅਨੋਖੇ ਸਨ ਮੈਨੂੰ ਲੱਗਿਆ ਕਿ ਮੈਂ ਤੇ ਮੇਰਾ ਸਾਰਾ ਪਰਿਵਾਰ ਅਰਥਾਤ ਮੇਰੇ ਪਤੀ ਵੱਡਾ ਬੇਟਾ ਤੇ ਦੋਵੇਂ ਬੇਟੀਆਂ ਅਸੀਂ ਛੱਤ ਉੱਤੇ ਖਲੋਤੇ ਹਾਂ ਸੱਚੇ ਪਾਤਸ਼ਾਹ ਜੀ ਆਸਮਾਨ ਵਿੱਚ ਬੜੀ ਉੱਚੀ ਉੱਡ ਰਹੇ ਹਨ ਪਾਸ਼ਾ ਜੀ ਦੀ ਖੱਬੀ ਬਾਹਂ ਸਰੀਰ ਦੇ ਨਾਲ ਹੀ ਲੱਗੀ ਹੋਈ ਹੈ ਅਤੇ ਸੱਜੀ ਬਾਹਂ ਉਹ ਮੇਰੇ ਪਟਿਆਲੇ ਵੱਲ ਜਾਂਦੇ ਹੋਏ ਬੇਟੇ ਨੂੰ ਆਸ਼ੀਰਵਾਦ ਦੇ ਰਹੇ ਹਨ ਦੇ ਰਹੇ ਹਨ ਉਹਨਾਂ ਦੀ ਸੱਜੀ ਬਾਹਂ ਬਹੁਤ ਹੀ ਲੰਬੀ ਹੈ ਉਹ ਬਾਹਂ ਆਸਮਾਨ ਤੋਂ ਲੈ ਕੇ ਧਰਤੀ ਤੱਕ ਆ ਰਹੀ ਹੈ ਤੇ ਸੜਕ ਉੱਤੇ ਸਾਈਕਲ ਤੇ ਜਾਂਦੇ ਹੋਏ ਮੇਰੇ ਛੋਟੇ ਬੇਟੇ ਦੇ ਉੱਤੇ ਹੈ ਅੱਗੋਂ ਇੱਕਦਮ ਇੱਕ ਟਰੱਕ ਮੇਰੇ ਬੇਟੇ ਉੱਤੇ ਚੜ ਚੱਲਿਆ ਹੈ। ਥੋੜੀ ਦੇਰ ਬਾਅਦ ਅਚਾਨਕ ਮੈਨੂੰ ਆਪਣੀ ਬੇਟੀ ਦੀ ਆਵਾਜ਼ ਆਈ ਕਿ ਹਰਭਜਨ ਤੈਨੂੰ ਕੀ ਹੋਇਆ ਹੈ? ਇੰਨੀਆਂ ਸੱਟਾਂ ਕਿਵੇਂ ਲੱਗੀਆਂ ਨੇ? ਇਹ ਸੁਣ ਕੇ ਮੇਰੀ ਜਾ ਖੁੱਲ ਗਈ। ਮੈਂ ਭੱਜ ਕੇ ਲੌਬੀ ਵੱਲ ਗਈ ਜਿੱਥੇ ਹਰਭਜਨ ਆ ਕੇ ਕੰਬਲ ਵਲੇਟ ਕੇ ਲੇਟਿਆ ਹੋਇਆ ਸੀ। ਸਾਡੇ ਪੁੱਛਣ ਤੇ ਉਸ ਨੇ ਸਾਰੀ ਗੱਲ ਦੱਸੀ ਕਿ ਘਰੋਂ ਨਿਕਲਦਿਆਂ ਹੀ ਨੇੜੇ ਜਿਹੜੀ ਛੋਟੀ ਪੁਲੀ ਹੈ बस ਨੂੰ ਟੱਪਣ ਤੋਂ ਬਾਅਦ ਅਚਾਨਕ ਹੀ ਇੱਕ ਟਰੱਕ ਮੇਰੇ ਅੱਗੇ ਆ ਗਿਆ ਟਰੱਕ ਗਲਤ ਤਰੀਕੇ ਨਾਲ বাস ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸਨੇ ਦੱਸਿਆ ਕਿ ਅਚਾਨਕ বাস ਦੇ ਪਿੱਛੋਂ ਨਿਕਲੇ ਟਰੱਕ ਨੂੰ ਇੱਕਦਮ ਆਪਣੇ ਅੱਗੇ ਵੇਖ ਕੇ ਮੈਨੂੰ ਕੁਝ ਸਮਝ ਹੀ ਨਹੀਂ ਆਈ ਟਰੱਕ ਕਾਫੀ ਸਪੀਡ ਤੇ ਸੀ ਮੈਨੂੰ ਕੁਝ ਨਹੀਂ ਸੁਝਿਆ ਮੈਨੂੰ ਲੱਗਾ ਕਿ ਟਰੱਕ ਮੇਰੇ ਉੱਤੇ ਚੜ ਚਲਿਆ ਹੈ ਫਿਰ ਝਾਟੀ ਮੈਂ ਆਪਣੇ ਆਪ ਨੂੰ ਸਾਈਕਲਸ ਵਿੱਚ ਸੜਕ ਦੇ ਨਾਲ ਹੀ ਬਣੇ ਨਾਲੇ ਵਿੱਚ ਵੇਖਿਆ ਮੈਂ ਆਪ ਤੇ ਕੁਝ ਕੀਤਾ ਹੀ ਨਹੀਂ ਸੀ ਟਰੱਕ ਨੂੰ ਆਪਣੇ ਅੱਗੇ ਵੇਕੇ ਸੁੰਨੀ ਰਹਿ ਗਿਆ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਸੀ ਕਿ ਕਿਸੇ ਨੇ ਮੈਨੂੰ ਸਾਈਕਲਸ ਮੇਟ ਚੁੱਕ ਕੇ ਨਾਲੇ ਵੱਲ ਧਕੇ ਲਿਆ ਹੈ ਇਸ ਕਰਕੇ ਕੁਝ ਮਾਮੂਲੀ ਜੀਆਂ ਸੱਟਾਂ ਲੱਗੀਆਂ ਹਨ ਜਦੋਂ ਮੈਂ ਉੱਠ ਕੇ ਵੇਖਿਆ ਤਾਂ ਟਰੱਕ ਦੇ ਇੱਕ ਪਹੀਏ ਦਾ ਨਿਸ਼ਾਨ ਸੜਕ ਦੇ ਨਾਲ ਹੀ ਕੱਚੇ ਥਾਂ ਤੇ ਆਇਆ ਹੋਇਆ ਸੀ ਟਰੱਕ ਇੱਕਦਮ ਉਸ ਥਾਂ ਦੇ ਉੱਤੇ ਨਿਕਲਿਆ ਸੀ ਉੱਤੋਂ ਨਿਕਲਿਆ ਸੀ ਸਾਹਸੰਗਤ ਜੀ ਸਾਰੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਕਿ ਜਿਸ ਵੇਲੇ بیٹے ਨਾਲ ਇਹ ਹਾਦਸਾ ਵਾਪਰ ਰਿਹਾ ਸੀ ਠੀਕ ਉਸੇ ਵੇਲੇ ਹੀ ਮੈਨੂੰ ਦ੍ਰਿਸ਼ਟਾਂਤਾਂ ਹੀ ਪਾਸ਼ਾ ਜੀ ਦਾ ਹੱਥ ਹਰਭਜਨ ਦੇ ਉੱਤੇ ਦਿਸਿਆ ਸੀ ਪਾਸ਼ਾ ਜੀ ਨੇ ਆਪ ਆ ਕੇ ਹਰ ਭਜਨ ਨੂੰ ਨਾਲੇ ਵਾਲਤ ਘੇ ਲਿਆ ਸੀ ਤੇ ਟਰੱਕ ਤੋਂ ਬਚਾਇਆ ਸੀ ਸਾਧ ਸੰਗਤ ਜੀ ਸਾਡਾ ਸਤਿਗੁਰੂ ਸੱਚਮੁੱਚ ਹੀ ਬੜਾ ਬੇਅੰਤ ਹੈ ਉਹਨੇ ਮੈਨੂੰ ਵਿਖਾ ਦਿੱਤਾ ਕਿ ਕਿਵੇਂ ਉਹ ਹਰ ਵੇਲੇ ਸਾਡੇ ਅੰਗ ਸੰਗ ਰਹਿ ਕੇ ਸਾਡੀ ਸਹਾਇਤਾ ਕਰਦਾ ਹੈ ਅਤੇ ਹਰ ਮੁਸੀਬਤ ਤੋਂ ਬਚਾ ਲੈਂਦਾ ਹੈ ਸਾਧ ਸੰਗਤ ਜੀ ਅਸੀਂ ਪਹਿਲੇ ਵੀ ਸੁਣਿਆ ਹੈ ਕਿ ਕਿਸ ਤਰ੍ਹਾਂ ਸਾਗੂ ਪ੍ਰਤਾਪ ਸਿੰਘ ਜੀ ਨੇ ਭਿਆਨਕ ਯੁੱਧ ਵਿੱਚ ਘੋੜੀ ਤੇ ਸਵਾਰ ਹੋ ਕੇ ਦਰਸ਼ਨ ਦੇ ਕੇ ਆਪਣੀ ਸਿੱਖ ਵੱਲ ਆ ਰਹੀ ਗੋਲੀ ਨੂੰ ਹੱਥ ਮਾਰ ਕੇ ਪਰੇ ਹਟਾ ਦਿੱਤਾ ਸੀ ਇੱਥੇ ਵੀ ਇਸੇ ਤਰ੍ਹਾਂ ਸਾਗੂ ਜਗਜੀਤ ਸਿੰਘ ਜੀ ਨੇ ਆਪਣੇ ਸਿੱਖ ਨੂੰ ਟਰੱਕ ਤੋਂ ਬਚਾਉਣ ਲਈ ਉਸ ਨੂੰ ਪਰੇ ਤਕੇਮ ਕੇ ਬਚਾ ਲਿਆ ਉਹ ਅਕਾਲਪੁਰ ਸਤਗੁਰੂ ਸਾਡੀ ਸ਼ਾ ਰਗ ਤੋਂ ਵੀ ਨੇੜੇ ਹੈ ਤਾਂ ਤਾਂ ਹਨ ਹਰ ਪਲ ਸਾਡੀ ਰੱਖਿਆ ਕਰਨ ਵਾਲੇ ਅਕਾਲ ਪੁਰਖ ਸਾਧਗੁਰੂ ਜਗਜੀਤ ਸਿੰਘ ਜੀ ਇੱਕ ਹੋਰ ਸਾਖੀ ਹੈ ਸਾਗੁਰੂ ਜਗਜੀਤ ਸਿੰਘ ਜੀ ਦੀ ਜਿੰਨੀ ਵੀ ਸਿਫਤ ਕੀਤੀ ਜਾਏ ਥੋੜੀ ਹੈ ਗੁਰਬਾਣੀ ਦੱਸਦੀ ਹੈ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਓ ਤਾਂ ਕੀ ਗਤ ਕਹੀ ਨ ਜਾਈ ਅਮਿਤ ਵਡੇ ਆਈ ਮੇਰਾ ਗੋਵਿੰਦ ਅਲਗ ਅਪਾਰ ਜਿਓ ਉਸ ਗੋਵਿੰਦ ਸਾਗੁਰ ਜੀ ਦੀ ਕਿਰਪਾ ਦੀ ਇੱਕ ਸਾਖੀ ਹੈ ਕਿ ਪਿੰਡ ਚੋਟੀਆਂ ਕਲਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ ਬਲਵਿੰਦਰ ਸਿੰਘ ਜੀ ਦਾਸ ਦੇ ਹਨ ਕਿ ਅੱਜ ਤੋਂ 20 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਖੇਤਾਂ ਵਿੱਚ ਝੋਨਾ ਬੀਜਿਆ ਸੀ ਝੋਨਾ ਪੱਕ ਜਾਣ ਤੇ ਉਹਨਾਂ ਨੇ ਅੱਧੇ ਕੁ ਖੇਤਾਂ ਵਿੱਚ ਜੋ ਝੋਨਾ ਵੜ ਲਿਆ ਉਹਨਾਂ ਨੇ ਉਸ ਦੇ ਫੂਸ ਨੂੰ ਅੱਗ ਲਾਉਣ ਵਾਸਤੇ ਖੇਤਾਂ ਵਿੱਚ ਹੀ ਪਿਆ ਰਹਿਣ ਦਿੱਤਾ ਜਦੋਂ ਉਹਨਾਂ ਨੇ ਉਸ ਫੂਸ ਨੂੰ ਖਤਮ ਕਰਨ ਵਾਸਤੇ ਆਗ ਲਗਾਈ ਤਾਂ ਹਵਾ ਦਾ ਰੁਖ ਬਾਕੀ ਦੀ ਖੜੀ ਫਸਲ ਵੱਲ ਹੋਣ ਕਰਕੇ ਆਗ ਬਾਕੀ ਦੀ ਖੜੀ ਫਸਲ ਨੂੰ ਜਹ ਲੱਗੀ ਉਹ ਘਬਰਾ ਗਏ ਕਿ ਸਾਡੀ ਸਾਰੀ ਖੜੀ ਫਸਲ ਵੀ ਸੜ ਜਾਵੇਗੀ ਆਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕੰਟਰੋਲ ਤੋਂ ਬਾਹਰ ਹੋ ਗਈ ਸਤ ਬਲਵਿੰਦਰ ਸਿੰਘ ਜੀ ਨੇ ਸਾਗੂ ਜਗਜੀਤ ਸਿੰਘ ਜੀ ਨੂੰ ਯਾਦ ਕੀਤਾ ਸੱਚੇ ਬਾਸ਼ਾ ਜੀ ਕਿਰਪਾ ਕਰੋ ਉਹਨਾਂ ਨੇ ਖੜੇ ਹੋ ਕੇ ਕਰਨ ਕਾਰਨ ਸਮਰਾਟ ਸਾਗੁਰ ਜੀ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਅਰਦਾਸ ਕੀਤੀ ਉਹ ਦੱਸਦੇ ਹਨ ਕਿ ਪਤਾ ਨਹੀਂ ਕਿਸ ਤਰ੍ਹਾਂ ਹੋਇਆ ਕਿ ਅਰਦਾਸ ਖਤਮ ਹੁੰਦਿਆਂ ਹੀ ਅਗ ਇੱਕਦਮ ਬੁਝ ਗਈ ਜਿਸ ਤਰ੍ਹਾਂ ਕਿਸੇ ਨੇ ਆਗੂ ਪਰ ਪਾਣੀ ਪਾ ਦਿੱਤਾ ਹੋਵੇ ਸਾਗੁਰ ਜੀ ਦਾ ਇਹ ਪ੍ਰਤਾਕ ਕੌਤਕ ਵੇਖ ਕੇ ਉਹ ਹੈਰਾਨ ਰਹਿ ਗਏ ਅਤੇ ਤਾਂ ਸਾਗੁਰ ਜਗਜੀਤ ਸਿੰਘ ਜੀ ਤਾਂ ਸਾਗੁਰ ਜਗਜੀਤ ਸਿੰਘ ਜੀ ਕਹਿਣ ਲੱਗ ਪਏ ਮੇਰੇ ਲਾਲਨ ਦੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਉਸ ਨਵਤਨ ਮਨ ਰੰਗੀ ਸੋਭਾ ਵਾਲੇ ਸਾਗੁਰ ਜਗਜੀਤ ਸਿੰਘ ਜੀ ਤਾਨ ਹਨ ਸਾਡੇ ਵੱਡੇ ਭਾਗ ਹਨ ਸਾਨੂੰ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ ਉਹ ਆਪਣੀ ਸਿੱਖ ਨੂੰ ਹਰ ਔਕੜ ਵੇਲੇ ਹੱਥ ਦੇ ਕੇ ਰੱਖ ਲੈਂਦੇ ਹਨ ਆਓ ਉਹਨਾਂ ਨੂੰ ਤਾਨ-ਤਾਨ ਕੈਂਦੇ ਹੋਏ ਉਹਨਾਂ ਦੀ ਚਰਨ ਟੁੜੀ ਮੱਥੇ ਤੇ ਲਗਾਈਏ ਅਤੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਦਾ ਹੀ ਸਾਡੇ ਹਿਰਦੇ ਵਿੱਚ ਵਸੋ ਨਾ ਕਦੀ ਵਿਸਰੋ ਨਾ ਵਿਸਾਰੋ ਤਾਂ ਸਿਰਿ ਸਾਧਗੁਰੂ ਜਗਜੀਤ ਸਿੰਘ ਜੀ